बिस्मिल्ला रुहमान तमाम दोस्त मेरे भाई मेरे चाहने वाले सब दोस्तों मेरी तरफों असलम उम्मीद है सब दोस्त खैरियत में होंगे तो भाई मेरे आज की वीडियो प्रीमियम बॉन्ड चालीस हजार लाहौर शहर का ड्रा अज की वीडियो बड़ी प्यारी बहुत ही जबरदस्त अपने दोस्तों ना शेयर करनी इनशाला मेरे दोस्तों को पसंद आ सैब दिल अल्लाह की आजाद को मेरा काम कोशिश करके रिसर्च करके मेहनत करके अपने दोस्त अपने वेरिया के सामने रखनी और इन शह ने चाहे तो मेरे दोस्तों मेरी मेहनत पसंद आएगी अगर मेरे दोस्तों ने मेरी मेहनत अच्छी लगे पसंद आए तो लाइक जरूर करना है मेरे दोस्त मेरे भाइयों ने पलौर शहर का ड्रा करना है यार प्रीमियम बोंड चाली हजार पाकिस्तानी प्राइज बोंड ड्रा होना है ना इंटे सिंगल बैक आकड़ा अपने दोस्तों का शेयर करना है इनशाला चाहे तो मेरे दोस्तों को पसंद आयाबाद की जात को भी गल करता हाँ ਹਰ ਵੀਡੀਓ ਚ ਮੈਂ ਇਹ ਗੱਲ ਕਰਦਾ ਕਿ ਗੈਬਦਿਲਮ ਅੱਲਾ ਦੀ ਜ਼ਾਤ ਕੋਲ ਇੱਕ ਕੋਸ਼ਿਸ਼ ਹੈ ਰਿਸਰਚ ਹੈ ਮਿਹਨਤ ਹੈ ਜਿਹੜੀ ਕਿ ਮੈਂ ਆਪਣੇ ਵੀਰਿਆਂ ਦੇ ਸਾਹਮਣੇ ਰੱਖਣ ਲੱਗਿਆ ਇਨਸ਼ਾਅੱਲਾ ਮੇਰੇ ਦੋਸਤਾਂ ਨੂੰ ਪਸੰਦ ਆਸੀ ਤਵੱਜੂ ਕਰਨੀ ਯਾਰ ਦੋਸਤੋ ਇਹ ਜਿਹੜਾ 10 ਤਰੀਕ ਨਵਾਂ ਮਹੀਨਾ ਸੰਨ 2026 ਨੂੰ ਡਰਾਉਣਾ ਲਾਹੌਰ ਸ਼ਹਿਰ ਦਾ 40000 ਪਾਉਂਡ ਦੇ ਵਿੱਚ ਇੱਕ ਹੀ ਬੈਕ ਆਕੜਾ ਯਾਰ ਬਹੁਤ بڑے ਰੂਟ ਤੇ ਨਾਲ ਬਹੁਤ بڑے ਸੈਟਅਪ ਦੇ ਨਾਲ ਔਰ ਲਾਹੌਰ ਸ਼ਹਿਰ ਕਹਿ ਰਿਹਾ ਹੈ ਕਿ ਮੈਂ ਇਹੀ ਆਕੜਾ ਬੈਕ ਲਾਣੇ ਇਹ ਐਪ ਦਿਲਾ ਮੱਲਾ ਦੀ ਜ਼ਾਤ ਕੋਲੇ ਲੌਰ ਕਹਿ ਰਿਹਾ ਕਿਉਂਕਿ ਲੌਰ ਟੂ ਲੌਰ ਰੂਟ ਹੈਗਾ ਜਿਹੜਾ ਮੈਂ ਆਪਣੇ ਵੀਰਿਆਂ ਦੇ ਸਾਹਮਣੇ ਰੱਖਣ ਲੱਗਿਆ ਯਾਰਾ ਲੌਰ ਸ਼ਹਿਰ ਦਾ ਆਪਾ ਡਰਾ ਕਰਨਾ ਹੈ ਐਲਾ ਆਪਾ ਲੌਰ ਦੀ ਪੂਰੀ ਇਤਿਹਾਸ ਚੈੱਕ ਕਰਨੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਤਵੱਜੋ ਜ਼ਰੂਰ ਕਰਨੀ ਮੇਰੇ ਦੋਸਤਾਂ ਮੇਰੇ ਵੀਰਿਆਂ ਨੇ ਅਗਰ ਮੇਰੇ ਦੋਸਤਾਂ ਨੂੰ ਮਿਹਨਤ ਅੱਛੀ ਲੱਗੇ ਤੇ ਲਾਈਕ ਕਰਨਾ ਹੈ ਮੇਰੇ ਦੋਸਤਾਂ ਨੇ ਸਿਰਫ ਖਾਲੀ ਲਾਈਕ ਪਹਿਲੇ ਤਾਂ ਅੱਡੀ ਮੈਂ ਆਪਣੇ ਦੋਸਤਾਂ ਨੂੰ ਰਿਕੁਐਸਟ ਕਰੀ ਸੀ ਯਾਰ ਅੱਸੀ ਆ ਕੋ ਦੋਸਤਾਂ ਨੇ ਇਹ ਬੜੀ ਰਿਕੁਐਸਟ ਨੂੰ ਮੰਨਿਆ ਵੀ ਹੈ ਤੇ ਬਾਕਾਇਆ ਨੇ ਇਗਨੋਰ ਹੀ ਕਰਿਆ ਯਾਰ ਉਹਨਾਂ ਦੀ ਵੀ ਮਿਹਰਬਾਨੀ ਯਾਰ ਜਿਨ੍ਹਾਂ ਨੇ ਇਗਨੋਰ ਕੀਤਾ ਤੇ ਜਿਨ੍ਹਾਂ ਨੇ ਉਸ ਆਈਡੀ ਤੇ ਗਏ ਨੇ ਟਿਕਟੋਕ ਦੀ ਆਈਡੀ ਹੈ ਰਾਏ ਜ਼ੈਨ 35 ਤੇ ਜਿਹੜੇ ਉਸ ਆਈਡੀ ਤੇ ਗਏ ਨੇ ਉਹਨਾਂ ਦੀ ਵੀ ਮਿਹਰਬਾਨੀ ਯਾਰ ਕਾਫੀ ਦੋਸਤ ਅਸੀਂ ਦੋਸਤ ਗਏ ਨੇ ਯਾਰ 4-5000 ਬੰਦਾ ਵੀਡੀਓ ਵੇਖਦਾ ਹੈ ਤੇ 80 ਬੰਦਿਆਂ ਨੇ ਜਾ ਕੇ ਉਹਨੂੰ ਫਾਲੋ ਕੀਤਾ ਯਾਰ ਪ੍ਰਾਈਜ਼ ਪੌਂਡ ਦੀ ਜਿਹੜੇ ਦੋਸਤ ਨੇ ਨਾ ਅਸੀਂ ਬੰਦਿਆਂ ਨੇ ਸਿਰਫ ਫਾਲੋ ਕੀਤਾ ਹੈ 4000 ਬੰਦਾ ਵੀਡੀਓ ਵੇਂਦਾ ਯਾਰ ਤੇ ਕਿਹਦੇ ਮਖਲ ਮੁਖਲਿਸ ਪਾਣੇ ਗਏ ਦੋਸਤਾਂ ਦਾ ਲੇਕਿਨ ਰੂਟ ਮੇਰੇ ਦੋਸਤਾਂ ਦੇ ਸਾਹਮਣੇ ਇਹ ਯਾਰ ਨਾ ਕਲੋਜ਼ ਪਹਿਲੀ ਦਫਾ ਸੱਤ ਦਾ ਲਾਇਆ ਹੈ ਲਾਹੌਰ ਸ਼ਹਿਰ ਨੇ ਤਵਜੂਹ ਕਰਨੀ ਹੈ ਲਾਹੌਰ ਸ਼ਹਿਰ ਲਾਹੌਰ 2 ਲਾਹੌਰ ਦੀ ਰੂਟੀਨ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਰਿਹਾ ਹਾਂ ਉਸ ਤੋਂ ਬਾਅਦ ਆਪਾਂ ਕਲੋਜ਼ ਵੇਖਣਾ ਯਾਰ ਲਾਹੌਰ ਨੇ ਕਿੱਥੇ ਕਿੱਥੇ ਕਲੋਜ਼ ਸੱਤ ਦਾ ਲਾਇਆ ਹੈ ਇਹ ਲਾਇਆ ਸੱਤ ਦਾ ਕਲੋਜ਼ ਅਸੀਂ ਕਲੋਜ਼ ਵੇਖਣਾ ਸੱਤ ਦਾ ਇਹ ਕਲੋਜ਼ ਲੱਗਾ 87 ਦਾ ਆਕੜਾ 7 ਦਾ ਕਲੋਜ਼ ਫਿਰ ਇਹ ਕਲੋਜ਼ ਲੱਗਾ 7 ਦਾ ਕਲੋਜ਼ ਕਲੋਜ਼ ਯਾਰ 70 ਦਾ ਆਕੜਾ ਉਸ ਤੋਂ ਬਾਅਦ ਕਲੋਜ਼ ਹੀ ਆਪਾਂ ਵੇਖਣਾ ਯਾਰ 7 ਦਾ ਇਹ ਲਾਤੇ ਨੇ ਫਿਰ 70 ਦਾ ਆਕੜਾ ਐਨੇ ਪੂਰੇ 20 ਸਾਲਾਂ ਦੇ ਵਿੱਚ ਨਾ ਯਾਰ 20 ਸਾਲਾਂ ਦੇ ਵਿੱਚ ਸਿਰਫ 3 ਦਫਾ ਇਹ ਨੇ ਨਾ ਇਹ ਕਲੋਜ਼ ਲਾਇਆ 7 ਦਾ ਫਿਰ ਇਹ ਕਲੋਜ਼ ਲਾਇਆ 7 ਦਾ ਫਿਰ ਇਹ ਕਲੋਜ਼ ਲਾਇਆ 7 ਦਾ ਇੰਦੇ ਸਿਨੇ 1 2 3 4 5 6 7 7 ਹੱਥ ਛੋੜ ਕੇ 8ਵੇਂ ਹੱਥ ਤੇ ਸੀ ਇੱਥੇ ਡਰਾ ਕਰਨਾ ਕੱਲਾ ਹੀ ਬੈਕ ਆਕੜਾ ਯਾਰ ਜਿਹੜਾ ਕਿ ਹੁਣ ਤੱਕ ਇਹਨੇ ਮਿਸ ਨਹੀਂ ਕੀਤਾ ਜਿਹੜਾ ਕਿ ਮੈਂ ਆਪਣੇ ਵੀਰਿਆਂ ਦੇ ਸਾਹਮਣੇ ਰੱਖਣ ਲੱਗਿਆ ਇਨਸ਼ਾਅੱਲਾ ਅੱਲਾ ਨੇ ਚਾਹੇ ਤੇ ਮੇਰੇ ਦੋਸਤਾਂ ਨੂੰ ਪਸੰਦ ਆ ਸੀ ਤਵੱਜੂ ਕਰੀ ਮੈਂ ਹਾਈਲਾਈਟ ਚੋ ਕੁਲਵਾ ਯਾਰ ਦੂਸਰਾ ਕਿਉਂਕਿ ਉਹਦੇ ਨਾਲ ਅੱਛੇ ਤਰੀਕੇ ਨਾਲ ਸਮਝ ਆ ਜਾਵੇਗੀ ਐ ਯਾਰ ਕਲੋਜ਼ ਲਾਇਆ ਹੈ ਲਾਹੌਰ ਸ਼ਹਿਰ ਨੇ ਐ ਬ੍ਰੋਕਰ ਆਕੜਾ ਹੈ ਗਿਆ 80 ਦਾ ਇੰਦੇ ਥੱਲੇ ਜਦੋਂ ক্লোਜ਼ ਲੱਗ ਜਾਵੇ ਯਾਰ ਜਦੋਂ ਵੀ ক্লোਜ਼ ਸਾਡਾ ਲੱਗ ਜਾਵੇ ਨੇ ਥੱਲੇ ਵਾਲਾ ਬ੍ਰੋਕਰ ਆਕੜਾ ਹੈਗਾ 80 ਦਾ ਐਂਦੇ ਸਣੇ 1 2 3 4 5 6 7 8 ਛੋੜ ਕੇ 8ਵੇਂ ਹੱਥੇ ਜਦੋਂ ਅਸੀਂ ਦਰਾ ਕਰਾਂਗੇ ਨਾ ਤੇ ਸਿੰਗਲ ਉਹੀ ਬੈਕ ਆਕੜਾ ਐ ਆਕ ਲੱਗ ਜਾਂਦਾ ਐ ਬ੍ਰੋਕਰ ਆਕੜਾ ਹੈਗਾ ਸੀ 80 ਦਾ ਇਹ ਸੱਤ ਦਾ ਕਲੋਜ਼ ਲੱਗਿਆ ਥੱਲੇ ਵਾਲਾ ਬ੍ਰੋਕਰ ਆਕੜਾ ਸੀਦਾ ਸੀ ਇਹੀ 80 ਦਾ ਆਕੜਾ ਇਹ ਸੱਤ ਦੇ 8 ਹੱਥ ਥੱਲੇ ਆ ਕੇ ਇਹ ਬੈਕ ਆਕੜਾ ਸੀਦੇ ਹੀ ਲਗਣਾ ਸੀ ਯਾਰ ਤੇ ਆ ਲੱਗ ਜਾਂਦਾ ਪਹਿਲੀ ਦਫਾ ਯਾਰ ਦੁਬਾਰਾ ਕਿ ਸੱਤ ਆਇਆ ਕਲੋਜ਼ ਲੱਗਿਆ ਯਾਰ ਇਹ ਬੈਕ ਆਕੜਾ ਇਹ ਬ੍ਰੋਕਰ ਆਕੜਾ ਹੈਗਾ ਸੀ 76 ਦਾ 8 ਹੱਥ ਥੱਲੇ ਆਵਾਂਗੇ ਯਾਰ 1 2 3 4 5 6 7 8 ਹੱਥ ਥੱਲੇ ਆਵਾਂਗੇ ਸਿੰਗਲ 76 ਦਾ ਬੈਕ ਆਕੜਾ ਸੀ ਯਾਰ ਇਹ ਆਕ ਲੱਗ ਜਾਂਦਾ ਤਵੱਜੂ ਕਰਨੀ ਯਾਰ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਕਿ ਇਹ ਕਲੋਜ਼ ਲੱਗਿਆ ਸੱਤ ਦਾ ਤੇ ਇਹਦੇ ਥੱਲੇ ਵਾਲਾ ਬ੍ਰੋਕਰ ਆਕੜਾ ਸੱਤ ਇਹਦੇ ਸਨੇ ਅੱਠ ਹੱਥ ਥੱਲੇ ਆ ਕੇ ਸਿੰਗਲ ਛੇਤਰ ਦਾ ਬੈਕ ਆਕੜਾ ਲੱਗਣਾ ਸੀ ਇਹ 41 ਛੇਤਰ ਲੱਗ ਜਾਂਦੀ ਪਹਿਲੀ ਦਫਾ ਜਦੋਂ ਲੱਗਿਆ ਯਾਰ ਇਹ ਸੱਤ ਦਾ ਕਲੋਜ਼ ਇਹਦੇ ਥੱਲੇ ਵਾਲਾ ਬ੍ਰੋਕਰ ਆਕੜਾ ਸਿੱਧਾ ਸੀ ਇਹਦੇ ਸਨੇ ਅੱਠ ਥੱਲੇ ਆਵਾਂਗੇ ਤੇ ਸਿੰਗਲ ਹੈ ਬ੍ਰੋਕਰ ਆਕੜਾ ਇਹੀ ਉੱਠੇਗਾ ਤੇ ਸਿੱਧਾ ਆਕੜਾ ਬੈਕ ਆ ਕੇ ਇਹ ਲੱਗਿਆ ਪਹਿਲੀ ਦਫਾ ਫਿਰ ਆ ਕੇ ਯਾਰ ਸਾਡਾ ਕਲੋਜ਼ ਹੈ ਲੱਗਿਆ ਇਹਦੇ ਥੱਲੇ ਬ੍ਰੋਕਰ ਆਕੜਾ ਹੈਗਾ ਸੀ 76 ਦਾ ਇਹੀ 68 ਅੱਠ ਅੱਥੇ ਦੇ ਸਨੇ ਅੱਠ ਥੱਲੇ ਆਵਾਂਗੇ ਇਹੀ 68 ਆ ਕੇ ਇੱਥੇ ਲੱਗਣਾ ਸੀ ਯਾਰ ਤੇ ਇਹ ਲੱਗ ਜਾਂਦਾ ਅੱਜ ਯਾਰ ਉਸਤਾਦ ਸਭ ਦੋਸਤਾਂ ਨੂੰ ਇਹ ਕਹਿ ਦਿੱਤਾ ਕਿ ਇਹ ਕਲੋਜ਼ ਲੱਗ ਚੁੱਕਿਆ ਹੈ ਯਾਰ ਸਾਡੇ ਕੋਲੇ ਨਾ broker आंकड़ा एस क्लोज ਤੇ ਥੱਲੇ ਕੀ ਪਿਆ 09 ਦਾ ਤਵਜੂਹ ਕਰਨੀ ਯਾਰ 09 ਦਾ ਸਾਡੇ ਕੋਲ broker आंकड़ा ਹੈਗਾ ਨਿਸ਼ਾਨੀ ਐਸ ਨਾਲ ਲਾਣੀ ਸੀ ਯਾਰ ਤੇ ਲਾ ਦੂਸਰੇ ਨਾਲ ਬੈਠਾ ਚਲੋ ਕੋਈ ਮਸਲਾ ਨਹੀਂ ਇਹ ਲੱਗਿਆ 8 ਥੱਲੇ ਇਹ ਸਿੰਗਲ ਬੈਕ ਆਕੜਾ ਫੇਰ ਆ ਕੇ ਯਾਰ ਇਹ ਲੱਗਿਆ 7 ਦਾ ক্লোਜ਼ ਇਹ broker आंकड़ा ਥੱਲੇ ਪਿਆ ਸੀ ਇਹੀ 8 ਥੱਲੇ ਆ ਕੇ ਇਹ ਲੱਗੇ ਯਾਰ 76 ਦਾ ਬੈਕ ਆਕੜਾ ਆ ਬ੍ਰੋਕਰ ਅੱਜ 09 ਦਾ ਪਿਆ ਯਾਰ ਕਹਿੰਦਾ ਕਿ ਦਸਨੇ 1 2 3 4 5 6 7 8 8 ਲਿਖੇ ਨਾ ਤੇ ਇਹੀ ਜ਼ੀਰੋ ਨੂੰ ਉਠਕੇ ਇੱਥੇ ਲੱਗ ਜਾਵੇ ਅਗਰ ਮੇਰੇ ਦੋਸਤਾਂ ਨੂੰ ਮੇਰੀ ਮਿਹਨਤ ਅੱਛੀ ਲੱਗੀਏ ਪਸੰਦ ਆਈਏ ਤੇ ਆਪਣੀ ਗੇਮ ਚ ਇਹਨੂੰ ਸ਼ਾਮਲ ਕਰਨਾ ਹੈ ਤੇ ਲਾਈਕ ਕਰਨਾ ਹੈ ਮੇਰੇ ਦੋਸਤਾਂ ਮੇਰੇ ਵੀਰਿਆਂ ਨੇ ਸਿੰਗਲ ਹੀ ਬੈਕ ਆਗੜਾ ਯਾਰ 09 ਦਾ ਅਗਰ ਕਿਸੇ ਦੋਸਤ ਇਸ ਸਮਝ ਆ ਜਾਵੇ ਤੈਨੂੰ ਪਲੇ ਕਰਨਾ ਹੈ ਅਦਰਵਾਇਜ਼ ਗਨੋਰ ਕਰ ਦੇਣਾ ਛੋੜ ਦੇਣਾ ਮੇਰਾ ਕੰਮ ਸੀ ਰੂਟ ਦੇ ਮੁਤਾਬਕ ਜੋ ਚੀਜ਼ ਨਿਕਲੀ ਉਹ ਚੀਜ਼ ਮੈਂ ਆਪਣੇ ਦੋਸਤ ਆਪਣੇ ਵੀਰਿਆਂ ਦੇ ਸਾਹਮਣੇ ਰੱਖ ਦਿੱਤੀ ਹੈ ਤੇ ਗੈਬਦਲਮੱਲਾ ਦੀ ਜ਼ਾਤ ਕੋਲ ਹੁੰਦਾ ਯਾਰ ਕੋਸ਼ਿਸ਼ ਐ ਰਿਸਰਚ ਐ ਮਿਹਨਤ ਐ ਜਿਹੜੀ ਕਿ ਮੈਂ ਆਪਣੇ ਵੀਰਿਆਂ ਦੇ ਸਾਹਮਣੇ ਰੱਖੀ ਐ ਆਪਣੇ ਵੱਲੋਂ ਅੱਛੀ ਕੋਸ਼ਿਸ਼ ਕਰਕੇ ਅੱਛੀ ਮਿਹਨਤ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਯਾਰ 0.9 ਦਾ ਬੈਕ ਆਕੜਾ ਸਿੰਗਲ ਇੱਕ ਕਹਿੰਦਾ ਕਿ ਯਾਰ ਮੈਨੂੰ ਲਾ ਲਓ ਰੂਟ ਵੀ ਕਹਿ ਰਿਹਾ ਕਿ ਇਹਨੂੰ ਲੱਗਣਾ ਚਾਹੀਦਾ ਹੈ ਰੂਟ ਨੂੰ ਤਵੱਜੋ ਨਾਲ ਸਮਝਣਾ ਮੇਰੇ ਦੋਸਤਾਂ ਨੇ ਕਿ ਯਾਰ ਜਦੋਂ ਵੀ ਸਾਡਾ ਕਲੋਜ਼ ਲੱਗ ਜਾਵੇ 8 ਥੱਲੇ ਇਹ ਬ੍ਰੋਕਰ ਆਕੜਾ ਸਿੱਧਾ ਹੀ ਬੈਕ ਆਕੜਾ ਲੱਗਿਆ ਯਾਰ ਫਿਰ ਆ ਕੇ ਲੱਗੇ ਯਾਰ ਐ ਸਾਡਾ ক্লোਜ਼ ਥੱਲੇ ਬ੍ਰੋਕਰ ਆਕੜਾ 66 ਸੀ ਆਠਾ ਥੱਲੇ ਕੱਲਾ ਹੀ 66 ਦਾ ਬੈਕ ਆਕੜਾ ਸੀ ਯਾਰ ਤੇ ਇਹ ਲੱਗ ਜਾਂਦਾ ਅੱਜ ਯਾਰ ਐ ਲੱਗ ਚੁਕਿਆ ਸਾਡਾ ক্লোਜ਼ ਥੱਲੇ ਬ੍ਰੋਕਰ ਆਕੜਾ 09 ਦਾ ਕਹਿੰਦਾ ਕਿ ਇੱਥੇ ਕੱਲਾ 09 ਦਾ ਬੈਕ ਆਕੜਾ ਲਾ ਦਿਓ ਰੂਟ ਦੇ ਮੁਤਾਬਕ ਸਿੰਗਲ ਬੈਕ ਆਕੜਾ ਯਾਰ ਦੋਸਤਾਂ ਦੀ ਸਮਝ ਵਿੱਚ ਰੂਟ ਆ ਜਾਵੇ ਐ ਸੈਟ ਅੱਛਾ ਲੱਗੇ ਤੇ ਇਹਨੂੰ ਪਲੇ ਕਰਨਾ ਹੈ ਆਦਰਵਾਇਜ਼ ਇਗਨੋਰ ਕਰ ਦੇਣਾ ਛੋੜ ਦੇਣਾ ਕੋਈ ਦੋਸਤ ਮਸਲਨ ਕਿ ਸਕਰੀਨਸ਼ਾਟ ਲੈਣਾ ਚਾਵੇ ਤੋ ਉਹ ਲੈ ਸਕਦਾ ਹੈ ਕਿ ਮੈਂ ਆਪਣੇ ਦੋਸਤਾਂ ਦੇ ਸਾਹਮਣੇ ਰੱਖ ਦਿੱਤਾ ਹੈ ਇਹ ਸਿੰਗਲ ਬੈਕ ਆਕਰ ਲੈ ਗਿਆ ਯਾਰ ਇਹ ਅੱਛਾ ਲੱਗੇ ਤਾਂ ਪਲੇ ਕਰਨਾ अदरवाइज ਇਗਨੋਰ ਕਰ ਦੇਣਾ ਸੈਕੰਡ ਫਸਟ ਨੂੰ ਖੇਡਣਾ ਹੈ ਅੱਲਾ ਨੇ ਚਾਹ ਤੇ ਯਾਰ ਇਨਾਮ ਦੇਗਾ ਇਨਸ਼ਾਅੱਲਾ ਅਗਲੀ ਵੀਡੀਓ ਬੜੀ ਪਿਆਰੀ ਬਹੁਤ ਹੀ ਜ਼ਬਰਦਸਤ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਉਹਨਾਂ ਤੱਕ ਇਜਾਜ਼ਤ ਦਿਓ ਅੱਲਾ ਹਫਿਜ਼